ਅੱਜ ਮਾਨਸਾ ਦੇ ਪਿੰਡ ਫਫੜੇ ਭਾਈ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵੱਲੋਂ ਚਲਾਏ ਜਾ ਰਹੇ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਦੇ ਵਿੱਚ ਭਾਈ ਬਹਿਲੋ ਜੀ ਨੂੰ ਯਾਦ ਕਰਦਿਆਂ ਬੱਚਿਆਂ ਦੇ ਵੱਲੋਂ ਨਾਟਕ, ਧਾਰਮਿਕ ਕਵੀਸ਼ਰੀ ਅਤੇ ਸ਼ਬਦ ਗਾਇਨ ਦੇ ਮੁਕਾਬਲੇ ਕਰਵਾਏ ਗਏ ਨੇ ਅਤੇ ਹੁਣ ਹਰ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਕੂਲ ਦੇ ਸਟਾਫ ਅਤੇ SGPC ਦੇ ਮੈਂਬਰਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਗੁਰੂਆਂ ਦੇ ਸਿਧਾਂਤਾਂ 'ਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ। ਬੱਚਿਆਂ ਦੇ 2016-17 ਦੇ ਸਾਲਾਨਾ ਨਤੀਜੇ ਦੇ ਇਨਾਮਣ ਸਮਾਰੋਹ ਨਾਲ ਸੰਬੰਧਿਤ ਸੀ, ਪਰੰਤੂ ਜੋ ਸੀ ਅੱਜ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਭਾਈ ਬਹਿਲੋ ਜੀ ਦੀ 416 ਸਾਲਾ ਬਰਸੀ ਦੇ ਕਰਵਾਉਣ ਦਾ ਜਿਹੜਾ ਹੈ ਅਸੀਂ ਵਿਚਾਰ ਸੀ, ਅਸੀਂ ਉਹਨਾਂ ਨੂੰ ਜਿਹੜਾ ਹੈ ਇਹ ਸਮਰਪਿਤ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਬਾਬਾ ਗੁਪਤਾ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਵੱਲੋਂ ਕੀਤੀ। ਇਸ ਪ੍ਰੋਗਰਾਮ ਦੇ ਵਿੱਚ ਬੱਚਿਆਂ ਵਿਸ਼ੇਸ਼ ਤੌਰ 'ਤੇ ਧਾਰਮਿਕ ਪ੍ਰੋਗਰਾਮ ਦੀ ਪੇਸ਼ਕਸ਼, ਜਿਸ ਦੇ ਵਿੱਚ ਵਿਸ਼ੇਸ਼ ਸੀ ਜੋ ਇੱਕ ਨਾਟਕ ਇੱਕ ਕੂੜੇ ਤੁੱਟੇ ਪਾਲ ਬੱਚਿਆਂ ਵੱਲੋਂ ਤਿਆਰ ਕੀਤਾ ਗਿਆ। ਸੋ ਇਸ ਮੌਕੇ ਮੈਂ ਸਮੂਹ ਮਾਪਿਆਂ ਨੂੰ ਦਿੰਦੇ ਹੋਏ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਸ਼ੁਭਕਾਮਨਾਵਾਂ ਦਿੰਦੇ ਹਾਂ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੱਖ ਪੰਥ ਦੀ ਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਪ੍ਰਧਾਨ ਪ੍ਰੋਫੈਸਰ ਗੁਰਦੁਆਰਾ ਜੀ ਹਨ, ਉਹਨਾਂ ਵੱਲੋਂ ਅਤੇ ਸਾਡੀ ਸਾਰੀ ਹੀ ਐਗਜੈਕਟਿਵ ਵੱਲੋਂ ਜੋ ਹਿੰਮਤ ਉਪਰਾਲੇ ਪਾਲਣ ਕੀਤੇ ਜਾ ਰਹੇ ਹਨ, ਉਹਦੇ ਤਹਿਤ ਗੁਰੂ ਅਰਜਨ ਰਾਜ ਦੇ ਪਾਵਨ ਪਵਿੱਤਰ ਚਰਨਾਂ ਦੇ ਗੁਰਸਿੱਖ ਸੇਵਕ ਜਿਨ੍ਹਾਂ ਨੂੰ ਮਾਲਵੇ ਕਿਹਾ ਭਾਈ ਬਹਿਲੋ, ਸਭ ਤੋਂ ਪਹਿਲੋਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਪਿੰਡ ਫਫੜੇ ਕੇ ਉਹਨਾਂ ਦੀ ਸਾਲਾਨਾ ਯਾਦ ਮਨਾਉਂਦਿਆਂ ਹੋਇਆਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਰੇ ਨਗਰ ਇਲਾਕੇ ਵੱਲੋਂ ਇੱਥੇ ਸਕੂਲ ਕਾਲਜ ਬਣੇ ਨੇ ਉਹਨਾਂ ਦੇ ਵਿੱਚ ਭਾਈ ਬਹਿਲੋ ਪਬਲਿਕ ਸਕੂਲ ਹੈ, ਜਿਨ੍ਹਾਂ ਦੇ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਦੇ ਵਿੱਚ ਢਾਡੀ ਬਾਰਾਂ ਕਵਿਸ਼ਰੀ ਜਥਿਆਂ ਹੋਰ ਕਥਾ ਕੀਰਤਨ ਬੱਚਿਆਂ ਨੇ ਜੋ ਇੱਕ ਧਾਰਮਿਕ ਨਾਟਕ ਡਰਾਮਾ ਵੀ ਕੀਤਾ। ਔਰ ਮੈਂ ਕਹਿੰਦਾ ਵੀ ਤੁਸੀਂ ਗੱਲ ਕੀਤੀ ਹੈ ਜੋ ਨਵੇਂ ਸਕੂਲਾਂ ਦੀ, ਅਸੀਂ ਪਹਿਲਾਂ ਸਭ ਤੋਂ ਇਹ ਹੈ ਕਿ ਜਿਹੜੀਆਂ ਇਹਨਾਂ ਸਕੂਲਾਂ ਕਾਲਜਾਂ ਵਿੱਚ ਨੇ ਅਸੀਂ ਪਹਿਲਾਂ ਉਹ ਪੂਰੀਆਂ ਕਰਨੀਆਂ ਚਾਹੁੰਦੇ ਹਾਂ। ਇਹਦਾ ਜਿਹੜਾ ਪ੍ਰਚਾਰ ਪ੍ਰਸਾਰ ਹੈ ਉਹ ਪੂਰੇ ਜ਼ੋਰਾਂ ਦੇ ਉੱਤੇ ਅਸੀਂ ਵੱਲੋਂ ਔਰ ਸਾਰੇ ਪ੍ਰਚਾਰਕਾਂ ਨੂੰ ਪ੍ਰਬੰਧਕ ਕਮੇਟੀਆਂ ਸੁਸਾਇਟੀਆਂ ਨੂੰ ਲੈ ਕੇ ਉਹ ਨਾਲ ਕਰ ਰਹੇ ਹਾਂ। ਇਹ ਸਾਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ 350 ਸਾਲਾਂ ਪ੍ਰਕਾਸ਼ ਦਿਹਾੜੇ ਜੋ ਸਾਡੀ ਕੌਮ ਨੇ ਪਟਨਾ ਸਾਹਿਬ ਉਹਦੇ ਤਹਿਤ ਹੋ ਰਹੇ ਨੇ। ਭਾਈ ਬਹਿਲੋ ਜੀਆਂ ਦੇ ਪਾਵਨ ਸਥਾਨ ਤੇ ਦਾਸ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਬਤੌਰ ਮੀਤ ਪ੍ਰਧਾਨ ਹੋਣ ਦੇ ਸਾਡੇ ਪ੍ਰਧਾਨ ਸਾਹਿਬ ਉਹਨਾਂ ਦੇ ਅਨੁਸਾਰ ਦਾਸ ਆਇਆ। ਮੈਂ ਬੇਨਤੀ ਕਰਕੇ ਜਾਂਦਾ ਸਾਰੇ ਹੀ ਜਿੱਥੇ ਵੱਡੇ ਨਿੱਕੇ ਨਿੱਕੇ ਬੱਚੇ ਸਿੱਖੀ ਨੂੰ ਅਪਣਾ ਕੇ ਪ੍ਰਚਾਰਕ ਬਣ ਕੇ ਨਿਕਲਦੇ ਆ, ਮੈਂ ਦੇ ਸਕੂਲਾਂ ਨੂੰ ਵੀ ਬੱਚਿਆਂ ਦੇ ਮਾਂ ਬਾਪ ਨੂੰ ਸਾਡੀ ਸਿੱਖ ਕੌਮ ਜੋ ਸਾਡੇ ਸਮਾਜ ਵਿੱਚ ਵਿਚਰ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਣੇ ਘਰਾਂ ਦੇ ਵਿੱਚੋਂ ਨਸ਼ਿਆਂ ਦਾ ਤਿਆਗ ਕਰਕੇ ਰਾਜ ਦਹੇਜ ਵਰਗੀਆਂ ਮਲਾਮਤਾਂ ਫਾਇਦੇ ਘੱਟ ਕਰਨੇ ਜਾਂ ਹੋਰ ਭਰੂਣ ਵਰਗੇ ਇਹ ਸੰਗੀਨ ਦੋਸ਼ਾਂ ਤੋਂ ਹੋਣ ਦੇ ਲਈ ਸਾਨੂੰ ਇਹੋ ਜਿਹੇ ਸਪੂਰਨਤਾ ਧਾਰਮਿਕ ਸੰਸਥਾ ਦਾ ਸਹਿਯੋਗ ਦੇ ਕੇ ਔਰ ਉਹ ਸਿੱਖੀ ਧਰਮ ਦੇ ਸਿਧਾਂਤਾਂ ਨੂੰ ਸਫਲਾ ਕਰਨਾ ਚਾਹੀਦਾ ਹੈ। ਮੈਂ ਧੰਨਵਾਦ। ਮਾਨਸਾ ਤੋਂ ਅਮਰਜੀਤ ਮਾਖਾ ਦੀ ਰਿਪੋਰਟ, ਜਗਤ ਸੇਵਕ, ਵੈਬ TV।
ਆਡੀਓ ਜੰਗਲ।